ਉਹਨਾਂ ਦੇ ਕੋਲ ਦੋ ਬੇਟੀਆਂ ਸਨ। ਬੇਟੇ ਦੀ ਦਿਲੀ ਪ੍ਰਾਰਥਨਾ ਕੀਤੀ, ਪ੍ਰਾਰਥਨਾ ਘਰ ਵਿੱਚ ਆਏ, ਪ੍ਰਭੂ ਤੋਂ ਵਰਦਾਨ ਮੰਗਿਆ 3 ਸਾਲ ਪਹਿਲਾਂ ਕਿ ਪ੍ਰਭੂ ਜੀ ਜੇ ਤੁਸੀਂ ਮੈਨੂੰ ਬੇਟੇ ਦਾ ਵਰਦਾਨ ਦਿਓਗੇ ਤਾਂ ਮੈਂ ਆਪਣਾ ਬੇਟਾ ਲੈ ਕੇ ਇਸ ਘਰ ਵਿੱਚ ਆਵਾਂਗਾ। ਕਹਿੰਦੇ ਨੇ ਕਿ ਅੱਜ ਮੈਨੂੰ ਮੌਕਾ ਮਿਲਿਆ, ਹੁਣ ਬੇਟਾ 3 ਸਾਲ ਦਾ ਹੈ, ਬੇਟੇ ਦਾ ਵਰਦਾਨ ਮਿਲਿਆ ਹੈ ਪ੍ਰਾਰਥਨਾ ਭਵਨ ਵਿੱਚੋਂ ਹੀ, ਅਤੇ ਅੱਜ ਬੇਟੇ ਨੂੰ ਲੈ ਕੇ ਆਏ ਨੇ। ਤਾਲੀਆਂ ਮਾਰ ਕੇ ਪ੍ਰਭੂ ਦਾ ਧੰਨਵਾਦ ਕਰਾਂਗੇ।